ਇੱਕ 18 ਅਪ੍ਰੈਲ ਨੂੰ ਇੱਕ ਮੰਦਭਾਗੀ ਵਕੂਆ ਹੋਇਆ ਸੀ, ਜਿਹਦੇ ਵਿੱਚ ਕਿ ਇੱਕ ਦੁਕਾਨਦਾਰ ਕਮਲ ਕੁਮਾਰ ਜਿਹੜੇ ਹੈਗੇ ਨੇ, ਉਹਨਾਂ ਦੇ ਜਦੋਂ ਆਪਣੀ ਦੁਕਾਨ ਵਧਾ ਕੇ ਘਰ ਆ ਰਹੇ ਸਨ ਤਾਂ ਉਹਨਾਂ ਦੇ ਉੱਪਰ 3 ਲੋਕਾਂ ਨੇ ਹਮਲਾ ਕੀਤਾ, ਜਿਨ੍ਹਾਂ ਦੇ ਹਮਲੇ ਕਰਕੇ ਉਹਨਾਂ ਦੇ ਕੋਲੋਂ ਉਹਨਾਂ ਦੀ ਸਕੂਟੀ ਅਤੇ ਸਕੂਟੀ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਕੈਸ਼ ਦਾ ਬੈਗ ਸੀਗਾ ਉਹ ਦੋਨੋਂ ਲੈ ਕੇ ਉੱਥੋਂ ਮੌਕੇ ਤੋਂ ਭੱਜ ਗਏ ਸਨ। ਅਤੇ ਇਸ ਦੇ ਉੱਪਰ 60 ਨੰਬਰ FIR 18/4/2024 ਨੂੰ ਦਰਜ ਕੀਤੀ ਗਈ ਔਰ ਉਸ FIR ਦੀ ਤਫਤੀਸ਼ ਕਰਨ ਦੇ ਲਈ ਵੱਖਰੀਆਂ ਵੱਖਰੀਆਂ ਤੌਰ ਦੇ ਉੱਪਰ ਟੀਮਸ ਬਣਾਈਆਂ ਗਈਆਂ। ਅਤੇ DSP ਡੀ ਸਾਹਿਬ, DSP ਸਿਟੀ, SHO ਸਿਟੀ ਸਾਊਥ ਅਤੇ ਇੰਚਾਰਜ CAA SPD ਸਾਹਿਬ ਦੀ ਓਵਰਆਲ ਸੁਪਰਵੀਜ਼ਨ ਦੇ ਵਿੱਚ ਇਹ ਕੇਸ ਸੋਲਵ ਕੀਤਾ ਗਿਆ, ਜਿਸ ਵਿੱਚ ਕਿ ਹੁਣ ਤੱਕ 5 ਲੋਕ ਜਿਹੜੇ ਕਿ ਇਸ ਚੀਜ਼ ਦੇ ਵਿੱਚ ਇਨਵੋਲਵ ਸਨ ਉਹ ਸਾਰੇ ਅਰੈਸਟ ਕੀਤੇ ਗਏ ਹਨ। ਇਹਨਾਂ ਦੇ ਵਿੱਚੋਂ ਜਿਹੜੇ 3 ਲੋਕ ਮੌਕੇ ਦੇ ਉੱਪਰ ਜਿਨ੍ਹਾਂ ਨੇ ਅਟੈਕ ਕੀਤਾ ਸੀਗਾ ਉਹ ਵੱਖਰੇ ਤੌਰ ਦੇ, ਅਤੇ ਜਿਨ੍ਹਾਂ ਨੇ ਰੇਕੀ ਕੀਤੀ ਸੀ 2 ਲੋਕ ਉਹ ਵੀ ਆਈਡੈਂਟੀਫਾਈ ਹੋਏ ਨੇ, ਅਤੇ ਇਹਨਾਂ ਸਾਰੇ 5 ਦੇ 5 ਬੰਦਿਆਂ ਨੂੰ ਹੁਣ ਤੱਕ ਅਰੈਸਟ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਜਿਹੜੀ ਮੌਕੇ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਸੀ ਉਹ ਬਰਾਮਦ ਹੋਇਆ, ਜਿਹੜੀ ਸਕੂਟੀ ਚੋਰੀ ਕਰਕੇ ਲੈ ਕੇ ਗਏ ਸੀ, ਖੋ ਕੇ ਲੈ ਕੇ ਗਏ ਸੀ, ਉਹ ਵੀ ਸਕੂਟੀ ਵੀ ਬਰਾਮਦ ਹੋ ਚੁੱਕੀ। ਅਤੇ ਇਸ ਤੋਂ ਇਲਾਵਾ 2.5 ਲੱਖ ਰੁਪਇਆ ਅਤੇ ਜਿਹੜੇ ਇਹਨਾਂ ਨੇ ਕਿਰਚ ਔਰ ਰੋਡ ਉੱਥੇ ਮੌਕੇ ਦੇ ਉੱਪਰ ਇਸਤੇਮਾਲ ਕੀਤੀ ਸੀ ਉਹ ਸਾਰੇ ਬਰਾਮਦ ਹੋ ਚੁੱਕੇ ਨੇ। ਇਹਨਾਂ ਸਾਰਿਆਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦੀ ਰਿਮਾਂਡ ਲੈ ਕੇ ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਕੇਸਿਸ ਵੀ ਇਹਦੇ ਵਿੱਚ ਸੋਲਵ ਹੋਣਗੇ ਅਤੇ ਜਿਹੜੇ ਹੋਰ ਵੀ ਜਿਹੜੀ ਐਵੀਡੈਂਸ ਹੈ ਇਸ ਕੇਸ ਦੇ ਵਿੱਚ ਸਾਡੇ ਕੋਲ ਐਕਿਊਮੂਲੇਟਡ ਹੈ। ਇਹਨਾਂ ਦੀ ਹੁਣ ਤੱਕ ਦੀ ਤਫਤੀਸ਼ ਵਿੱਚ ਸਾਹਮਣੇ ਆਉਂਦਾ ਵੀ ਇਹ ਪਹਿਲੇ ਤੋਂ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਦੇ ਨੇ, ਇਹ ਪਹਿਲੇ ਤੋਂ ਇੱਕ ਦੂਸਰੇ ਦੋਸਤ ਹੈਗੇ ਨੇ ਔਰ ਇਹਦੇ ਵਿੱਚ ਜਿਹੜਾ ਇੱਕ ਜਿਹੜਾ ਅਕਿਊਜ਼ਡ ਕਰਨ ਕੁਮਾਰ ਹੈ ਇਹ ਦੱਸਣ ਮੁਤਾਬਕ 4 ਤੋਂ 5 ਸਾਲ ਪਹਿਲਾਂ ਇਸੇ ਦੁਕਾਨ ਦੇ ਉੱਪਰ ਇਹਨੇ ਕੰਮ ਵੀ ਕੀਤਾ, ਜਿਸ ਕਰਕੇ ਕਿ ਇਹਨੂੰ ਪਤਾ ਸੀ ਵੀ ਸ਼ਾਮ ਨੂੰ ਇਸ ਸਮੇਂ ਦੇ ਆਸ ਪਾਸ ਇਹ ਇੱਦਾਂ ਦੁਕਾਨਦਾਰ ਜਿਹੜਾ ਹੈਗਾ ਘਰ ਪੈਸੇ ਲੈ ਕੇ ਜਾਂਦੇ ਨੇ, ਤਾਂ ਜਿਸ ਕਰਕੇ ਕਿ ਇਹ ਜਿਹੜੀ ਹੈਗੀ ਹੈ ਇਹਨਾਂ ਨੇ ਇਹ ਵਕੂਆ ਪਲਾਨ ਕੀਤਾ। ਇਹਨਾਂ ਦੇ ਵਿੱਚ ਜਿਹੜੇ 2 ਦੋਸ਼ੀ ਹੈਗੇ ਨੇ ਕਰਨ ਕੁਮਾਰ ਉਰਫ ਹਣੀ ਅਤੇ ਰਜਿੰਦਰ ਸਿੰਘ ਉਰਫ ਜੈਰੀ, ਇਹਨਾਂ ਦੋਨਾਂ ਦੇ ਉੱਪਰ ਪੁਰਾਣੇ ਮੁਕੱਦਮੇ ਵੀ ਦਰਜ ਹੈਗੇ ਨੇ। ਕਿੰਨੇ ਦਿਨ ਤੋਂ ਪਲਾਨ ਕਰ ਰਹੇ ਸੀ ਇਹਨਾਂ ਦੀ? ਕਰਨ ਦੇ ਦੱਸਣ ਮੁਤਾਬਕ ਇਹਨਾਂ ਦਾ ਕਾਫੀ ਦਿਨ ਪਹਿਲੇ ਇਹਦੇ ਦਿਮਾਗ ਦੇ ਵਿੱਚ ਪਲਾਨ ਸੀ, ਕਿਉਂਕਿ ਮੇਨ ਜਿਹੜੀ ਪਲੈਨਿੰਗ ਹੈ ਉਹ ਇਹਦੀ ਹੈ, ਬਾਕੀ ਸਾਰੇ ਬੰਦੇ ਨੇ ਹੌਲੀ ਹੌਲੀ ਆਪਣੇ ਨਾਲ ਜੋੜੇ ਹੈ। ਅਤੇ ਉਸ ਤੋਂ ਬਾਅਦ ਮੌਕੇ ਦੇ ਉੱਪਰ ਜਾ ਕੇ ਇਹਨਾਂ ਨੇ ਫਿਰ ਇਹ ਪੂਰਾ ਜਿਹੜਾ ਇਸ ਇੰਸੀਡੈਂਟ ਨੂੰ ਇਹਨੂੰ ਜਿਹੜਾ ਹੈਗਾ ਇਹਨੂੰ ਅੰਜਾਮ ਦਿੱਤਾ। ਇਹਦੇ ਦੱਸਣ ਮੁਤਾਬਕ ਕਿਉਂਕਿ ਇਹ ਪਹਿਲੇ ਕੰਮ ਕਰ ਚੁੱਕਾ ਸੀ ਦੁਕਾਨ ਦੇ ਉੱਪਰ, ਇਸ ਕਰਕੇ ਇਹਨੂੰ ਪਤਾ ਸੀ ਵੀ ਸ਼ਾਮ ਨੂੰ ਇਸ ਤਰੀਕੇ ਨਾਲ ਦੁਕਾਨ ਵਧਾ ਕੇ ਜਦੋਂ ਜਾਂਦੇ ਨੇ ਤਾਂ ਇਹਨਾਂ ਦੇ ਪਾਸ ਕੈਸ਼ ਹੁੰਦਾ ਹੈ। ਐਗਜੈਕਟ ਅਮਾਊਂਟ ਬਾਰੇ ਇਹਨੂੰ ਨਹੀਂ ਪਤਾ ਸੀ, ਬਟ ਇਹਨੂੰ ਇਹ ਪਤਾ ਸੀ ਐਵਰੇਜ ਕਿੰਨਾ ਕੈਸ਼ ਇਹਨਾਂ ਕੋਲ ਹੁੰਦਾ ਉਸ ਵੇਲੇ। ਇਸ ਇਹ ਮੋਗੇ ਦੇ ਰਹਿਣ ਵਾਲੇ ਹੈਗੇ ਨੇ ਜੀ। ਟੋਟਲ ਅਮਾਊਂਟ ਕਿੰਨੀ ਸੀਗੀ ਸਰ, ਜਿਹੜੀ ਕਿੰਨੀ ਰਿਕਵਰ ਹੋਈ ਹੈ, ਕਿੰਨੀ ਅਮਾਊਂਟ ਸੀ ਟੋਟਲ? ਇਹ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਹੈਗਾ 5 ਲੱਖ ਦੇ ਆਸ ਪਾਸ ਹੀ ਅਮਾਊਂਟ ਦੱਸਦੇ ਹੈਗੇ ਨੇ ਜਿਹੜੇ ਦੁਕਾਨਦਾਰ ਹੈਗੇ ਨੇ। ਹੁਣ ਤੱਕ 2.5 ਲੱਖ ਰੁਪਇਆ ਬਰਾਮਦ ਹੋ ਚੁੱਕਾ। ਸਰ ਇੰਤਜ਼ਾਰ ਕਰ ਰਹੇ ਸੀ ਕਿ ਦੁਕਾਨਦਾਰ ਤੋਂ ਜੋ ਬੰਦ ਕਰਕੇ ਘਰੇ ਜਾ ਰਹੇ ਸੀਗੇ? ਹਾਂਜੀ, ਇਹ ਆਪਣਾ ਇਹਨਾਂ ਦੀ ਇਹ ਜਿਹੜੇ 2 ਲੋਕ ਮੈਂ ਜੇ ਆਪ ਜੀ ਨੂੰ ਦੱਸਿਆ ਹੈਗਾ ਵੀ ਆਕਾਸ਼ ਕੁਮਾਰ ਅਤੇ ਰਜਿੰਦਰ ਜਿਹੜਾ ਹੈਗਾ ਇਹ ਦੋਨੋਂ ਰੇਕੀ ਕਰ ਰਹੇ ਸਨ, ਅਤੇ ਇਹਨਾਂ ਨੇ ਹੀ ਅੱਗੇ ਟਿਪ ਆਫ ਦਿੱਤਾ ਸੀ ਅਗਲੀ ਆਪਣੀ ਦੂਜੇ ਬੰਦਿਆਂ ਨੂੰ ਵੀ ਇਹ ਮੌਕੇ ਦੇ ਉੱਪਰ ਹੁਣ ਚਲੇ ਗਿਆ, ਹੁਣ ਉਹ ਕਰੋ ਦੁਕਾਨ ਵਧਾ ਕੇ ਉਹਨਾਂ ਨੂੰ ਜਾ ਰਿਹਾ, ਤੁਸੀਂ ਜਿਹੜਾ ਹੈਗਾ ਇਹ ਇਹਨੂੰ ਇੰਪਲੀਮੈਂਟ ਵਕੂਆ ਅੰਜਾਮ ਦੇ ਸਕਦੇ। ਜਿਹੜਾ ਮੋਟਰਸਾਈਕਲ ਵਰਤਿਆ ਗਿਆ ਜੋ ਐਂਟੀ ਦਾ ਸੀਗਾ, ਚੋਰੀ ਦਾ ਸੀਗਾ, ਇਹਦਾ ਦੱਸੋ। ਹਜੇ ਕਿਉਂਕਿ ਆਪਾਂ ਅੱਜ ਹੀ ਇਹਨਾਂ ਨੂੰ ਅਰੈਸਟ ਕੀਤਾ ਅਤੇ ਆਪਾਂ ਤਫਤੀਸ਼ ਦੇ ਵਿੱਚ ਰਿਮਾਂਡ ਲੈ ਕੇ ਸਾਨੂੰ ਚੀਜ਼ਾਂ ਹੋਰ ਵੀ ਸਾਰੀ ਕਲੀਅਰ ਹੋਣਗੀਆਂ। ਇਸ ਕੇਸ 'ਚ ਸਰ ਹੋਰ ਵੀ ਕੁਝ ਬੰਦੇ ਇਨਵੋਲਵ ਹੈ? ਹੁਣ ਤੱਕ ਦੀ ਤਫਤੀਸ਼ ਵਿੱਚ ਇਹ 5 ਲੋਕ ਆਏ ਨੇ, ਬਾਕੀ ਤਫਤੀਸ਼ ਕਿਉਂਕਿ ਇੱਕ ਔਨਗੋਇੰਗ ਪ੍ਰੋਸੈਸ ਹੈ, ਜੇ ਹੋਰ ਕਿਸੇ ਦਾ ਰੋਲ ਆਊਗਾ ਤਾਂ ਡੈਫੀਨਿਟਲੀ ਉਹਨਾਂ ਪਰ ਕਾਰਵਾਈ ਕੀਤੀ। ਜਾਣਕਾਰੀ ਹੈ ਕਿ ਕਾਫੀ ਮਿਹਨਤ ਕਰਨੀ ਪਈ ਇਸ ਕੇਸ ਨੂੰ ਟ੍ਰੇਸ ਕਰਨ ਲਈ, 1000 ਤੋਂ ਉੱਪਰ ਕੈਮਰੇ ਖੰਗਾਲੇ ਗਏ। ਬਿਲਕੁਲ ਸਹੀ ਹੈ ਜੀ, ਟੈਕਨੀਕਲ ਆਪਣੀ ਹਰ ਕਿਸਮ ਫੋਰੈਂਸਿਕ ਹਰ ਕਿਸਮ ਦੀ ਐਵੀਡੈਂਸ ਦਾ ਇਹਦੇ ਵਿੱਚ ਜਿਹੜਾ ਹੈਗਾ ਟੀਮਸ ਨੇ ਇਸਤੇਮਾਲ ਕਰਕੇ ਇਸ ਕੇਸ ਨੂੰ ਟ੍ਰੇਸ ਕੀਤਾ ਹੈ। ਕਿੰਨੇ ਕੁ ਕੈਮਰੇ ਖੰਗਾਲੇ ਗਏ ਸਰ, ਕਿੰਨੀ ਕੁ ਮਿਹਨਤ ਕਰੀ? ਮਿਹਨਤ ਦਾ ਤਾਂ ਕੋਈ ਹਿਸਾਬ ਨਹੀਂ ਹੁੰਦਾ, ਮਿਹਨਤ ਤਾਂ ਸਾਡੇ ਵੱਲੋਂ ਹਰ ਕੇਸ ਦੇ ਵਿੱਚ ਕੀਤੀ ਜਾਂਦੀ ਹੈ। ਥੋੜ੍ਹਾ ਬਹੁਤ ਆਪਾਂ ਕਹਿ ਲਈਏ ਵੀ ਲੱਕ ਵੀ ਹੁੰਦਾ ਵੀ ਕਿਸੇ ਕੇਸ ਦੇ ਵਿੱਚ ਜਲਦੀ ਹੀ ਸਕਸੈਸ ਮਿਲ ਜਾਂਦੀ, ਕਿਸੇ ਵਿੱਚ ਥੋੜ੍ਹਾ ਜ਼ਿਆਦਾ ਸਮੇਂ ਲੱਗਦਾ ਹੈ, ਬਟ ਮਿਹਨਤ ਹਰ ਵਾਰੀ ਕੀਤੀ ਜਾਂਦੀ ਹੈ ਹਰ ਕੇਸ।
ਕਿੰਨੀਆਂ ਟੀਮਾਂ ਸੀਗੀਆਂ ਸਰ? ਇਹਦੇ ਵਿੱਚ ਲਗਭਗ 6 ਟੀਮਾਂ ਜਿਹੜੀਆਂ ਹੈਗੀਆਂ ਵੱਖ ਵੱਖ ਤੌਰ ਦੇ ਉੱਪਰ ਕੰਮ ਕਰ ਰਹੀਆਂ ਸਨ, ਜਿਨ੍ਹਾਂ ਦੀ ਮਿਹਨਤ ਸਦਕਾ ਇਹ ਆਪਾਂ ਨੂੰ ਕਾਮਯਾਬੀ ਮਿਲੀ ਹੈ। ਸਰ, ਇਸ ਇੰਸੀਡੈਂਟ ਤੋਂ ਬਾਅਦ ਜਿਹੜਾ ਕਿ 8:10 'ਤੇ ਹੋਇਆ ਸੀ, ਉਸੇ ਰਾਤ ਨੂੰ ਹੀ 12 ਤੋਂ ਬਾਅਦ ਵੀ ਕੋਈ ਇੰਸੀਡੈਂਟ ਹੋਇਆ ਸੀਗਾ ਕੋਈ ਚੋਰੀ ਦਾ? ਇਹਦੇ ਵਿੱਚ ਆਪਾਂ ਕਾਫੀ ਹੋਰ ਵੀ ਡਿਟੇਲ ਸਾਹਮਣੇ ਆ ਰਹੀਆਂ ਨੇ, ਕਿਉਂਕਿ ਇਹਦੇ ਵਿੱਚ ਜਿਹੜਾ ਕਰਨ ਹੈਗਾ ਇਹ ਕਾਫੀ ਦੇਰ ਤੋਂ ਜਿਹੜਾ ਹੈਗਾ ਇੱਥੋਂ ਛੱਡ ਕੇ ਚਲਾ ਗਿਆ ਸੀਗਾ, ਇਹ ਲੁਧਿਆਣਾ ਕਮਿਸ਼ਨਰ ਏਰੀਆ ਵਿੱਚ ਰਹਿਣ ਲੱਗ ਪਿਆ ਸੀ। ਸਾਨੂੰ ਇਸ ਕਰਕੇ ਹੋਰ ਵੀ ਕੁਝ ਇੰਸੀਡੈਂਟਸ ਦੇ ਬਾਰੇ ਕੁਝ ਹੈਗੀ ਹੈ ਜਿਹਦੀ ਵੈਰੀਫਿਕੇਸ਼ਨ ਮੈਂ ਆਪ ਜੀ ਨੂੰ ਪਹਿਲੇ ਦੱਸਿਆ, ਇਸੇ ਕਰਕੇ ਅਸੀਂ ਅੱਜ ਰਿਮਾਂਡ ਲੈਣ ਤੋਂ ਬਾਅਦ ਹੀ ਚੀਜ਼ ਨੂੰ ਕਲੀਅਰ ਕਰ ਸਕਾਂਗੇ ਵੀ ਹੋਰ ਕਿਹੜੇ ਫੈਕਟ ਸਾਹਮਣੇ ਆ। ਸਰ, ਵਾਰਦਾਤ ਕਰਨ ਤੋਂ ਬਾਅਦ ਕਿੱਥੇ ਨਿਕਲ ਗਏ? ਲੁਧਿਆਣੇ ਵਾਲੇ ਪਾਸੇ ਗਏ। ਥੈਂਕ ਯੂ।